ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ਦੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਦੱਸਿਆ ਕਿ ਰਵਨੀਤ ਬਿੱਟੂ ਕੋਠੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸਨ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਮੁਤਾਬਕ ਸਰਕਾਰੀ ਕੋਠੀ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਮਿਲਿਆ, ਜਿਸ ਦੇ ਚੱਲਦਿਆਂ ਨਿਗਮ ਦੇ ਦੋ ਕਰਮਚਾਰੀਆਂ 'ਤੇ ਵੀ ਕਾਰਵਾਈ ਕੀਤੀ ਗਈ ਹੈ। ਫਿਲਹਾਲ ਲੁਧਿਆਣਾ ਨਗਰ ਨਿਗਮ ਨੇ ਜੋ ਜੁਰਮਾਨਾ ਲਗਾਇਆ ਸੀ ਰਵਨੀਤ ਬਿੱਟੂ ਉਸ ਨੂੰ ਭਰ ਚੁੱਕੇ ਨੇ ਅਤੇ ਕੋਠੀ ਵੀ ਖਾਲੀ ਕਰ ਚੁੱਕੇ ਨੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਇੰਤਜ਼ਾਮ ਕੀਤੇ ਗਏ ਨੇ। DGP ਲਾਅ ਐਂਡ ਆਰਡਰ ਅਰਪੀ ਸ਼ੁਕਲਾ ਅੰਮ੍ਰਿਤਸਰ ਪਹੁੰਚੇ, ਜਿੱਥੇ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਕਰੀਬ 14,547 ਪੁਲਿਸ ਬੂਥ ਨੇ, 3103 ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਲਈ ਸੁਰੱਖਿਆ ਕੰਪਨੀਆਂ ਦੇ ਵਿੱਚ CRPF ਅਤੇ BSF ਸ਼ਾਮਲ ਹੈ। ਉੱਥੇ ਸ਼ਹਿਰਾਂ ਦੇ ਵਿੱਚ ਜਰਾਇਮ ਘੱਟ ਕਰਨ ਦੇ ਲਈ ਵੀ ਖਾਸ ਮੁਹਿੰਮ ਚਲਾਈ ਗਈ ਹੈ। ਪੰਚਕੁਲਾ ਦੇ ਰਾਮਗੜ੍ਹ ਚੌਂਕੀ ਦੇ ਨੇੜੇ ਗੱਡੀ ਦੇ ਵਿੱਚੋਂ ਚੈਕਿੰਗ ਦੇ ਦੌਰਾਨ 4 ਲੱਖ ਦਾ ਕੈਸ਼ ਬਰਾਮਦ ਕੀਤਾ ਗਿਆ। ਇਹ ਗੱਡੀ ਪੰਜਾਬ ਤੋਂ ਆ ਰਹੀ ਸੀ, ਜਿਸ ਨੂੰ ਕਿ ਤੁਰੰਤ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਕਰਮੀਆਂ ਦੇ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਚਕੁਲਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਹੈ, ਜਿੱਥੇ ਪੰਜਾਬ ਤੋਂ ਆਉਂਦੀ ਹਰ ਗੱਡੀ ਨੂੰ ਸਖ਼ਤੀ ਨਾਲ ਚੈੱਕ ਕੀਤਾ ਜਾ ਰਿਹਾ। ਜਲੰਧਰ ਪੁਲਿਸ ਨੇ ਵਿੱਕੀ ਗਾਉਂਡਰ ਗੈਂਗ ਦੇ ਗੁਰਗੇ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਨਵੀਨ ਸੈਣੀ ਉਰਫ ਚਿੰਟੂ ਵਜੋਂ ਹੋਈ ਹੈ, ਜਿਸ ਦੇ ਕੋਲੋਂ 5 ਪਿਸਤੌਲ ਵੀ ਬਰਾਮਦ ਕੀਤੇ ਗਏ ਨੇ। ਇਸ ਦੀ ਜਾਣਕਾਰੀ DGP ਪੰਜਾਬ ਨੇ ਟਵੀਟ ਕਰਕੇ ਦਿੱਤੀ ਹੈ। ਮੁਲਜ਼ਮ ਨਵੀਨ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਲੁੜੀਂਦਾ ਸੀਗਾ, ਜਿਸ ਦੀ ਕਿ ਪਿਛਲੇ 9 ਮਹੀਨਿਆਂ ਤੋਂ ਪੁਲਿਸ ਭਾਲ ਕਰ ਰਹੀ ਸੀ। ਨਵੀਨ 'ਤੇ ਕਤਲ ਦੀ ਕੋਸ਼ਿਸ਼, ਰੰਗਦਾਰੀ ਹਥਿਆਰਾਂ ਅਤੇ ਡਰੱਗਸ ਦੀ ਤਸਕਰੀ ਦੇ ਮਾਮਲੇ ਦਰਜ ਨੇ। ਬਰਨਾਲਾ ਦੇ ਵਿੱਚ ਕਿਸਾਨਾਂ ਅਤੇ ਵਪਾਰੀਆਂ ਦੇ ਵਿਚਾਲੇ ਝੜਪ ਦਾ ਮਾਮਲਾ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ, ਜਿਸ ਦੇ ਚੱਲਦੇ ਵਪਾਰੀਆਂ ਨੇ ਰੋਸ ਵਜੋਂ ਬਾਜ਼ਾਰ ਬੰਦ ਕਰਕੇ ਕਿਸਾਨ ਜਥੇਬੰਦੀਆਂ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਦਰਅਸਲ ਕਿਸਾਨਾਂ ਨੇ ਇਮੀਗ੍ਰੇਸ਼ਨ ਸੈਂਟਰ 'ਤੇ ਠੱਗੀ ਦਾ ਇਲਜ਼ਾਮ ਲਗਾਇਆ ਸੀ ਅਤੇ ਇਸੇ ਨੂੰ ਲੈ ਕੇ ਸੈਂਟਰ ਬਾਹਰ ਧਰਨਾ ਲਗਾਇਆ ਹੋਇਆ ਸੀਗਾ, ਜਿਸ ਦੌਰਾਨ ਝੜਪ ਹੋ ਗਈ। ਵਪਾਰੀਆਂ ਨੇ ਕਿਸਾਨਾਂ 'ਤੇ ਡੰਡਿਆਂ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ। ਮਹਾਰਾਸ਼ਟਰ ਦੇ ਨਾਂਦੇੜ ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਵੱਡੀ ਰੇਡ ਕੀਤੀ ਗਈ। ਇਸ ਦੌਰਾਨ 170 ਕਰੋੜ ਰੁਪਏ ਦੀ ਬੇਹਿਸਾਬ ਜਾਇਦਾਦ ਮਿਲੀ ਹੈ ਅਤੇ ਨਾਲ ਹੀ 8 ਕਿਲੋ ਸੋਨਾ ਅਤੇ ਕਈ ਕਰੋੜ ਰੁਪਏ ਕੈਸ਼ ਵੀ ਬਰਾਮਦ ਹੋਇਆ ਹੈ। ਕਾਰੋਬਾਰੀ ਭੰਡਾਰੀ ਦੇ ਟਿਕਾਣਿਆਂ 'ਤੇ ਕੀਤੀ ਗਈ ਰੇਡ ਕਰੀਬ 72 ਘੰਟੇ ਤੱਕ ਚੱਲੀ, ਜਿਸ ਦੌਰਾਨ ਇਹ ਬਰਾਮਦਗੀ ਹੋਈ ਹੈ ਅਤੇ ਨੋਟਾਂ ਦੀਆਂ ਲੱਗੀਆਂ ਇਹਨਾਂ ਕਤਾਰਾਂ ਨੂੰ ਗਿਣਨ ਦੇ ਵਿੱਚ ਅਧਿਕਾਰੀਆਂ ਨੂੰ ਕਰੀਬ 14 ਘੰਟੇ ਲੱਗੇ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਸੁਰੱਖਿਆ ਦੇ ਵਿੱਚ ਤਾਇਨਾਤ SRPF ਜਵਾਨ ਨੇ ਖੁਦਕੁਸ਼ੀ ਕਰ ਲਈ। ਸਰਕਾਰੀ ਬੰਦੂਕ ਦੇ ਨਾਲ ਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। 8 ਦਿਨਾਂ ਤੋਂ ਜਵਾਨ ਛੁੱਟੀ 'ਤੇ ਸੀ, ਜਿਸ ਨੇ ਕਿ ਮਹਾਰਾਸ਼ਟਰ ਦੇ ਜਲਗਾਵ ਦੇ ਵਿੱਚ ਆਪਣੇ ਜੱਦੀ ਘਰ ਦੇ ਵਿੱਚ ਖੌਫਨਾਕ ਕਦਮ ਚੁੱਕਿਆ। ਮ੍ਰਿਤਕ ਜਵਾਨ ਦੀ ਪਹਿਚਾਣ ਪ੍ਰਕਾਸ਼ ਕਾਪੜੇ ਵਜੋਂ ਹੋਈ ਹੈ, ਜਿਸ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ। ਆਂਧਰਾ ਪ੍ਰਦੇਸ਼ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟਰੱਕ ਤੇ ਬੱਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ, ਜਿਸ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਦੇ 6 ਲੋਕ ਜ਼ਿੰਦਾ ਸੜ ਗਏ। ਬੱਸ ਤੇ ਟਰੱਕ ਦੋਹਾਂ ਡਰਾਈਵਰਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 32 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜੋ ਕਿ ਹਸਪਤਾਲ ਦੇ ਵਿਚਾਰੇ ਇਲਾਜ ਨੇ। ਚਿਨਾ ਗੰਜਮ ਤੋਂ ਬੱਸ ਹੈਦਰਾਬਾਦ ਜਾ ਰਹੀ ਸੀ, ਇਸ ਦੌਰਾਨ ਇਹ ਹਾਦਸਾ ਵਾਪਰਿਆ ਅਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਸੜ ਕੇ ਕਬਾੜ ਬਣ ਗਏ। ਟਾਂਡਾ ਦੇ ਚੋਲਾਂਗ ਟੋਲ ਪਲਾਜ਼ਾ ਨੇੜੇ ਇੱਕ ਸਵਿਫਟ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੀ। ਅੱਗ ਇਸ ਕਦਰ ਲੱਗੀ ਕਿ ਕਾਰ ਦੇਖਦੇ ਅੱਗ ਦਾ ਗੋਲਾ ਬਣ ਗਈ। ਗਨੀਮਤ ਰਹੀ ਹੈ ਕਿ ਡਰਾਈਵਰ ਨੇ ਮੌਕਾ ਰਹਿੰਦਿਆਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ। ਕਾਰ ਦਾ ਮਾਲਕ ਜੰਮੂ ਦਾ ਰਹਿਣ ਵਾਲਾ ਹੈ, ਜੋ ਕਿ ਚੰਡੀਗੜ੍ਹ ਤੋਂ ਜੰਮੂ ਜਾ ਰਿਹਾ ਸੀ ਅਤੇ ਕਾਰ ਮਾਲਕ ਨੇ ਦੱਸਿਆ ਕਿ ਕਾਰ ਦੇ ਵਿੱਚ ਉਸਦੇ 50,000 ਰੁਪਏ, ਇੱਕ ਲੈਪਟਾਪ ਅਤੇ ਹੋਰ ਕੀਮਤੀ ਸਮਾਨ ਵੀ ਰੱਖਿਆ ਹੋਇਆ ਸੀ, ਜੋ ਕਿ ਅੱਗ ਦੀਆਂ ਲਪਟਾਂ ਦੇ ਵਿੱਚ ਸੜ ਗਿਆ। ਗਿੱਦੜਬਾਦ ਦੇ ਵਾਰਡ ਨੰਬਰ 15 ਦੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਪਤੀ ਨੇ ਲੋਹੇ ਦੀ ਰੌਡ ਦੇ ਨਾਲ ਪਤਨੀ 'ਤੇ ਵਾਰ ਕੀਤੀ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਧੀ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਅਤੇ ਉਸਦਾ ਪਤੀ ਉਸਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ।
ਪੁਲਿਸ ਨੇ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ। ਚੰਡੀਗੜ੍ਹ 'ਚ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਕਾਰਨ ਪੌਣੇ 2 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ। ਘਟਨਾ ਚੰਡੀਗੜ੍ਹ ਦੇ ਬੜੈਲ ਇਲਾਕੇ 'ਚ ਦੱਸੀ ਜਾ ਰਹੀ ਹੈ। ਇੱਥੇ ਘਰ ਦੇ ਵਿੱਚ ਖੇਡਦੇ ਖੇਡਦੇ ਬੱਚੀ ਪਾਣੀ ਦੀ ਬਾਲਟੀ ਕੋਲ ਪਹੁੰਚ ਗਈ ਅਤੇ ਕਾਫ਼ੀ ਦੇਰ ਤੱਕ ਬੱਚੀ ਦੀ ਕੋਈ ਆਵਾਜ਼ ਨਾ ਆਉਣ 'ਤੇ ਮਾਂ ਉਸਨੂੰ ਦੇਖਣ ਆਈ ਅਤੇ ਉਸਨੇ ਬੱਚੀ ਨੂੰ ਬਾਲਟੀ ਦੇ ਵਿੱਚ ਬੇਹੋਸ਼ ਪਾਇਆ। ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲੁਧਿਆਣਾ ਦੇ ਸਤਲੁਜ ਦੇ ਵਿੱਚ ਨਹਾਉਣ ਗਏ ਇੱਕ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 18 ਸਾਲਾ ਵਿਨੀਤ ਵਾਸੀ ਟਿੱਬਾ ਰੋਡ ਵਜੋਂ ਹੋਈ ਹੈ, ਜੋ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਿਆ ਸੀ ਅਤੇ ਦੇਰ ਸ਼ਾਮ ਪਰਿਵਾਰ ਨੂੰ ਫੋਨ ਆਇਆ ਕਿ ਉਹਨਾਂ ਦਾ ਲੜਕਾ ਨਦੀ ਦੇ ਵਿੱਚ ਡੁੱਬ ਰਿਹਾ ਅਤੇ ਮੌਕੇ 'ਤੇ ਜਾ ਕੇ ਦੇਖਣ 'ਤੇ ਵਿਨੀਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਘਰ ਬਿਨਾਂ ਦੱਸੇ ਨਹਾਉਣ ਗਿਆ ਸੀਗਾ। ਗੋਤਾਖੋਰਾਂ ਦੀ ਮਦਦ ਦੇ ਨਾਲ ਨੌਜਵਾਨ ਦੀ ਲਾਸ਼ ਬਾਹਰ ਕੱਢੀ ਗਈ। ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਦੇ ਨੇੜੇ ਨਰਵਾਣਾ ਬ੍ਰਾਂਚ ਨਹਿਰ ਦੇ ਵਿੱਚ ਦਰਜਨਾਂ ਬੱਚੇ ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਨਹਾਉਣ ਜਾਂਦੇ ਨੇ। ਪਿੰਡ ਦੇ ਵਿੱਚ ਲੰਘਦੀ ਨਹਿਰ 100 ਫੁੱਟ ਚੌੜੀ ਅਤੇ 30 ਫੁੱਟ ਡੂੰਘੀ ਹੈ ਅਤੇ ਇਸ ਨੇੜੇ ਵਿਭਾਗ ਦੇ ਵੱਲੋਂ ਚੇਤਾਵਨੀ ਦਾ ਬੋਰਡ ਵੀ ਲਗਾਇਆ ਗਿਆ, ਪਰ ਗਰਮੀ ਦੇ ਵਿੱਚੋਂ ਬਚਣ ਦੇ ਲਈ ਬੱਚਿਆਂ ਵੱਲੋਂ ਬਿਨਾਂ ਕੁਝ ਪੁੱਛੇ ਨਹਿਰ 'ਤੇ ਛਾਲਾਂ ਮਾਰੀਆਂ ਜਾਂਦੀਆਂ ਨੇ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ। ਬਠਿੰਡਾ ਦੇ ਇੱਕ ਸ਼ਖਸ ਦੇ ਵੱਲੋਂ ਪਾਈ ਗਈ RTI ਦੇ ਵਿੱਚ ਵੱਡਾ ਖੁਲਾਸਾ ਹੈ, ਜਿਸ ਦੇ ਵਿੱਚ ਪਾਇਆ ਗਿਆ ਕਿ ਪਿਛਲੇ 18 ਸਾਲਾਂ ਦੇ ਵਿੱਚ 818 ਬੱਚੇ ਲਾਪਤਾ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 93 ਬੱਚਿਆਂ ਦਾ 18 ਸਾਲਾਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। 722 ਬੱਚਿਆਂ ਨੂੰ ਬਰਾਮਦ ਕਰਨ ਦੇ ਵਿੱਚ ਪੁਲਿਸ ਸਫਲ ਰਹੀ ਹੈ, ਪਰ 93 ਬੱਚਿਆਂ ਦਾ ਕੋਈ ਵੀ ਪਤਾ ਨਹੀਂ ਹੈ। ਉੱਥੇ ਬਠਿੰਡਾ SP ਨੇ ਕਿਹਾ ਕਿ ਬੱਚੇ ਦੇ ਕਿਸੇ ਵੀ ਮਾਮਲੇ ਦੇ ਵਿੱਚ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਅਤੇ ਇਸ ਡਾਟੇ ਦੀ ਵੀ ਤੁਰੰਤ ਜਾਂਚ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਚੋਰਾਂ ਨੇ ਇੱਕ ਜਵੈਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਰੀਬ 25 ਲੱਖ ਦੇ ਗਹਿਣੇ ਅਤੇ ਕੈਸ਼ ਚੋਰੀ ਕਰਕੇ ਫਰਾਰ ਹੋ ਗਏ। ਸਵੇਰੇ ਜਦੋਂ ਦੁਕਾਨਦਾਰ ਦੁਕਾਨ 'ਤੇ ਆਇਆ ਤਾਂ ਚੋਰੀ ਦਾ ਪਤਾ ਚੱਲਿਆ ਤਾਂ ਉਸ ਮੁਤਾਬਕ ਦੁਕਾਨ ਦੇ ਵਿੱਚ ਪਈ 1.5 ਲੱਖ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਆਸਪਾਸ ਦੇ CCTV ਖੰਗਾਲ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ। ਲੁਧਿਆਣੇ ਤੋਂ ਲਖਨਊ ਜਾ ਰਹੀ ਰੇਲ ਗੱਡੀ ਦੇ ਵਿੱਚ ਪਿੰਡ ਲਲ ਕਲਾਂ ਦੇ ਨੇੜੇ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਸਮਰਾਲਾ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਐਂਬੂਲੈਂਸ ਦੀ ਮਦਦ ਦੇ ਨਾਲ ਮਹਿਲਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਜਾਂਚ ਕੀਤੀ ਤਾਂ ਜੱਚਾ ਬੱਚਾ ਦੋਵੇਂ ਤੰਦਰੁਸਤ ਪਾਏ ਗਏ। ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਲਖਨਊ ਜਾ ਰਹੇ ਸਨ ਤਾਂ 8 ਮਹੀਨਿਆਂ ਦੀ ਗਰਭਵਤੀ ਪਤਨੀ ਦੇ ਦਰਦ ਸ਼ੁਰੂ ਹੋ ਗਈ ਅਤੇ ਉਸਨੇ ਚੱਲਦੀ ਗੱਡੀ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ। ਕਰਨਾਲ ਦੇ ਸੈਕਟਰ 14 ਦੀ ਦਿਨ ਦਿਹਾੜੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ STF ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਇਨ੍ਹਾਂ ਮੁਲਜ਼ਮਾਂ ਨੇ 30 ਅਪ੍ਰੈਲ ਵਾਲੇ ਦਿਨ ਇੱਕ ਕੁਰੀਅਰ ਬੁਆਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਅਤੇ ਘਟਨਾ ਦੌਰਾਨ ਇੱਕ ਰਿਕਸ਼ਾ ਚਾਲਕ ਵੀ ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋਇਆ ਸੀ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਦੱਸਣ ਵਾਲਿਆਂ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਸੋਨਾ ਦੇ ਪਰਵੇਜ਼ ਖਾਨ ਨੇ ਆਪਣੇ ਓਲੰਪਿਕ ਜਾਣ ਦਾ ਰਾਹ ਪੱਧਰਾ ਕਰ ਲਿਆ। ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹੋਈ SEC ਚੈਂਪੀਅਨਸ਼ਿਪ ਦੇ ਵਿੱਚ ਪਰਵੇਜ਼ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। 1500 ਮੀਟਰ ਦੌੜ ਦੇ ਵਿੱਚ ਗੋਲਡ ਅਤੇ 800 ਮੀਟਰ ਦੌੜ ਦੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇੱਥੋਂ ਤੱਕ ਪਹੁੰਚਣ ਵਾਲੇ ਪਰਵੇਜ਼ ਪਹਿਲੇ ਭਾਰਤੀ ਅਥਲੀਟ ਨੇ। ਇਸ ਦੇ ਨਾਲ ਹੀ ਪਰਵੇਜ਼ ਨੇ ਉਮੀਦ ਜਤਾਈ ਹੈ ਕਿ ਓਲੰਪਿਕ ਦੇ ਲਈ ਚੁਣਿਆ ਜਾਵੇਗਾ ਅਤੇ ਦੇਸ਼ ਦਾ ਮਾਣ ਹੋਰ ਵੀ ਵਧਾਏਗਾ।